ਐਡਗੇਂ ਝੋਨੇ ਦੇ ਡਿਸੀਜਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕੁਝ ਵੱਡੇ ਫੈਸਲੇ ਕੀਤੇ ਗਏ ਨੇ ਪੰਜਾਬ ਨੂੰ ਫਿਰ ਚਾਰ ਜ਼ੋਨਾਂ ਦੇ ਵਿੱਚ ਵੰਡਿਆ ਗਿਆ ਹੈ ਪੰਜਾਬ ਦੇ ਵਿੱਚ ਚਾਰ ਜ਼ੋਨਾਂ ਦੇ ਵਿੱਚ ਹੀ ਨਹਿਰੀ ਪਾਣੀ ਤੇ ਬਿਜਲੀ ਜਿਹੜੀ ਹੈ ਮੋਟਰਾਂ ਵਾਲੀ ਛੱਡੀ ਜਾਊਗੀ ਤੁਹਾਡੇ ਜ਼ਿਲ੍ਹੇ ਦੀ ਕਿੰਨੀ ਤਰੀਕ ਤੁਹਾਨੂੰ ਮਿਲੀਏ ਇਸ ਵੀਡੀਓ ਦੇ ਵਿੱਚ ਸਾਰਾ ਕੁਝ ਆਪਾਂ ਤੁਹਾਨੂੰ ਦੱਸਦੇ ਹਾਂ ਜਿਹੜੇ ਕਿਸਾਨਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰਕੇ ਨਾਲ ਬੈਲ ਜਿਹੜੀ ਕਿਰਪਾ ਕਰਕੇ ਉਹਨੂੰ ਦਬਾ ਲਓ ਪਿਛਲੇ 3 ਸਾਲਾਂ ਤੋਂ ਕਿਸਾਨਾਂ ਨੂੰ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕੈਪਟਨ ਸਰਕਾਰ ਦੇ ਵੇਲੇ ਵੀ ਕਿਸਾਨਾਂ ਨੂੰ 18-19 ਤਰੀਕ ਤੱਕ ਤਰੀਕ ਹੀ ਨਹੀਂ ਦੱਸੀ ਗਈ ਸੀ ਝੋਨਾ ਲਾਉਣ ਦੀ ਪਿਛਲੇ ਸਾਲ ਵੀ ਆਪਾਂ ਵੇਖਿਆ ਕਿ ਸਰਕਾਰ ਨੇ ਚਾਰ ਜ਼ੋਨਾਂ ਦੇ ਵਿੱਚ ਪਹਿਲਾਂ ਪੰਜਾਬ ਨੂੰ ਵੰਡ ਦਿੱਤਾ ਉਹਦੇ ਤੋਂ ਬਾਅਦ ਦੇ ਵਿੱਚ ਸਾਰੀਆਂ ਤਰੀਕਾਂ ਇਕੱਠੀਆਂ ਕਰ ਦਿੱਤੀਆਂ ਪੰਬਲ ਪੂਸੇ ਜਿਹੜੇ ਬੜੇ ਜ਼ਿਆਦੇ ਪੈ ਗਏ ਸੀ ਇਸ ਵਾਰ ਵੀ ਪੰਜਾਬ ਨੂੰ ਚਾਰ ਜ਼ੋਨਾਂ ਦੇ ਵਿੱਚ ਹੀ ਵੰਡਿਆ ਗਿਆ ਏ ਝੋਨਾ ਲਾਉਣ ਦੀ ਤਰੀਕ ਨੂੰ ਲੈ ਕੇ ਸਭ ਤੋਂ ਪਹਿਲੇ ਨੰਬਰ ਤੇ ਜਿੰਨੀਆਂ ਵੀ ਬਾਰਡਰ ਤੋਂ ਪਾਰ ਜ਼ਮੀਨਾਂ ਨੇ ਉਹ ਉਹਨਾਂ ਦੇ ਵਿੱਚ ਝੋਨਾ 10 ਜੂਨ ਤੋਂ ਸ਼ੁਰੂ ਹੋ ਜਾਊਗਾ 10 ਜੂਨ ਤੋਂ ਬਿਜਲੀ ਜਿਹੜੀ ਇਹ ਮੋਟਰਾਂ ਵਾਲੀ ਤੁਹਾਨੂੰ 8 ਘੰਟੇ ਇੱਕ ਦਿਨ ਦੀ ਜੜੀ ਮਿਲੇਗੀ ਜਿੰਨੀਆਂ ਵੀ ਜ਼ਮੀਨਾਂ ਨੇ ਤਾਰਾਂ ਤੋਂ ਬਾਹਰ ਬਾਰਡਰ ਤੋਂ ਪਾਰ ਜੜੀਆਂ ਜ਼ਮੀਨਾਂ ਨੇ ਇਦੇ ਤੋਂ ਬਾਅਦ ਦੇ ਵਿੱਚ 16 ਤਰੀਕ ਨੂੰ 16 ਜੂਨ ਨੂੰ ਫਿਰੋਜ਼ਪੁਰ ਫਰੀਦਕੋਟ ਪਠਾਨਕੋਟ ਫਤਿਹਗੜ੍ਹ ਸਾਹਿਬ ਗਰਦਾਸਪੁਰ ਸ਼ਹੀਦ ਭਗਤ ਸਿੰਘ ਨਗਰ ਤੇ ਤਰਨਤਾਰਨ ਇਹਨਾਂ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ 16 ਤਰੀਕ ਨੂੰ ਬੱਤੀ ਜਿਹੜੀ ਤੁਹਾਨੂੰ ਮਿਲ ਜਾਊਗੀ ਮੋਟਰਾਂ ਵਾਲੀ 16 ਜੂਨ ਨੂੰ ਜਿਹੜਾ ਤੁਸੀਂ ਚੋਣਾ ਸ਼ੁਰੂ ਕਰ ਸਕਦੇ ਹੋ ਤੇ 19 ਜੂਨ ਨੂੰ ਰੂਪਨਗਰ ਰੋਪੜ ਸਹਿਬਜ਼ਾਦਾ ਅਜੀਤ ਸਿੰਘ ਨਗਰ ਮਹਾਲੀ ਕਪੂਰਥਲਾ ਲੁਧਿਆਣਾ ਫਾਜ਼ਿਲਕਾ ਬਠਿੰਡਾ ਤੇ ਮੇਰਾ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਇਹਨਾਂ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ 19 ਜੂਨ ਤੋਂ ਝੋਨਾ ਜਿਹੜਾ ਸ਼ੁਰੂ ਹੋ ਜਾਊਗਾ ਤੇ ਇਹਦੇ ਤੋਂ ਬਾਅਦ ਦੇ ਵਿੱਚ 21 ਜੂਨ ਨੂੰ ਪਟਿਆਲਾ, ਜਲੰਧਰ, ਮੁਕਸਰ ਸਾਹਿਬ, ਸੰਗਰੂਰ, ਹੁਸ਼ਿਆਰਪੁਰ, ਮਲੇਰਕੋਟਲਾ, ਬਰਨਾਲਾ ਤੇ ਮਾਨਸਾ ਇਹ ਜਿਹੜੇ ਜ਼ਿਲ੍ਹੇ ਨੇ ਇਹਨਾਂ ਦੇ ਵਿੱਚ ਝੋਨੇ ਦੀ ਤਰੀਕ ਜਿਹੜੀ 21 ਜੂਨ ਟਾਇਗ ਕਰ ਦਿੱਤੀ ਗਈ ਹੈ ਸਰਕਾਰ ਵੱਲੋਂ 21 ਜੂਨ ਨੂੰ ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਨਾ ਜਿਹੜਾ ਲੱਗੇਗਾ। ਸੋ ਤੁਹਾਡਾ ਕੀ ਕਹਿਣਾ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਜਿਹੜਾ ਪੰਜਾਬ ਨੂੰ ਚਾਰ ਜ਼ੋਨਾਂ ਦੇ ਵਿੱਚ ਵੰਡਿਆ ਗਿਆ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਡੇ ਕੀ ਵਿਚਾਰ ਨੇ? ਕਮੈਂਟਾਂ ਦੇ ਵਿੱਚ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ। ਜੇ ਵੱਧ ਤੋਂ ਵੱਧ ਵੀਡੀਓ ਨੂੰ ਕਿਰਪਾ ਕਰਕੇ ਸ਼ੇਅਰ ਕਰਕੇ ਹੋਰ ਕਿਸਾਨਾਂ ਤੱਕ ਪਹੁੰਚਾ ਜ਼ਰੂਰ ਦਿਓ ਜੇ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਜ਼ਿਆਦਾ ਧੰਨਵਾਦ।